ਜਿਮੀ ਸ਼ੇਰ gil ਤੇ ਕੁਲਰਾਜ ਰੰਦਾਵਾ ਦੀ ਫਿਲਮ ਤੂੰ ਹੋਵੇਂ ਮੈਂ ਹੋਵਾਂ ਜਲਦੀ ਹੀ ਹੋਵੇਗੀ OTT ਪਲੇਟਫਾਰਮ ਤੇ ਰਿਲੀਜ਼ ਜੀ ਹਾਂ ਹਾਲੀ ਦੇ ਵਿੱਚ ਇਸ ਫਿਲਮ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ ਜਿਮੀ ਸ਼ੇਰ gil ਦੇ ਵੱਲੋਂ ਤੇ ਇਸ ਪੋਸਟਰ ਦੇ ਵਿੱਚ ਸਾਨੂੰ ਜਿਮੀ ਸ਼ੇਰ gil ਤੇ ਕੁਲਰਾਜ ਰੰਦਾਵਾ ਆ ਰਹੇ ਨੇ ਨਜ਼ਰ ਤੇ ਵੀ ਦੱਸਦੀ ਹੈ ਕਿ ਇਸ ਪੋਸਟਰ ਦੇ ذریعے ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਇਹ ਫਿਲਮ ਜਲਦੀ ਹੀ OTT ਪਲੇਟਫਾਰਮ ਚਪਾਲ ਤੇ ਰਿਲੀਜ਼ ਹੋਣ ਵਾਲੀ ਹੈ ਇਸ ਫਿਲਮ ਦੇ ذریعے ਸਾਨੂੰ ਜਿਮੀ ਸ਼ੇਰ gil ਤੇ ਕੁਲਰਾਜ ਰੰਦਾਵਾ ਦੀ ਔਨ ਸਕਰੀਨ ਜੋੜੀ ਬੜੇ ਸਾਲਾਂ ਬਾਅਦ ਨਜ਼ਰ ਆਈ ਸੀ ਤੇ ਲੰਬੇ ਇੰਤਜ਼ਾਰ ਤੋਂ ਬਾਅਦ ਜਦੋਂ ਇਹ ਦੋਵੇਂ ਇਕੱਠੇ ਸਕਰੀਨ ਤੇ ਨਜ਼ਰ ਆਏ ਤੇ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਲੋਕਾਂ ਨੇ ਇਸ ਫਿਲਮ ਨੂੰ ਵੀ ਪਿਆਰ ਦਿੱਤਾ ਸੀ ਲੇਕਿਨ ਦੱਸਦੀ ਹੈ ਕਿ ਹੁਣ ਇਹ ਫਿਲਮ ਜਲਦੀ ਹੀ ਚੋਪਾਲ ਤੇ ਰਿਲੀਜ਼ ਹੋ ਰਹੀ ਹੈ ਸੋ ਜਿਨ੍ਹਾਂ ਦਰਸ਼ਕਾਂ ਨੇ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖਿਆ ਨਾਲੀ ਸੁਨਹਿਰੀ ਮੌਕਾ ਹੈ ਕਿਉਂਕਿ ਇਹ ਫਿਲਮ ਹੁਣ ਰਿਲੀਜ਼ ਹੋ ਰਹੀ ਹੈ OTT ਪਲੇਟਫਾਰਮ ਚੋਪਾਲ ਤੇ ਜੀ ਹਾਂ ਜਿਵੇਂ ਸ਼ੇਰ ਗਿੱਲ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਲਿਖਿਆ ਹੈ ਤੂੰ ਹੋਵੇਂ ਮੈਂ ਹੋਵਾਂ ਸਟ੍ਰੀਮਿੰਗ ਨਾਓ ਓਨਲੀ ਔਨ ਚੋਪਾਲ ਸੋ ਜੇਕਰ ਤੁਸੀਂ ਹਾਲੇ ਤੱਕ ਇਸ ਫਿਲਮ ਨੂੰ ਨਹੀਂ ਦੇਖਿਆ ਤੇ ਚੋਪਾਲ ਓਟੀਟੀ ਤੇ ਜਾ ਕੇ ਦੇਖ ਸਕਦੇ ਹੋ ਇਸ ਫਿਲਮ ਦੇ ਵਿੱਚ ਸਾਨੂੰ ਕੁਲਰਾਜ ਰੰਦਾਵਾ ਤੇ ਜਿੰਮੀ ਸ਼ੇਰ ਗਿੱਲ ਦੀ ਔਨ ਸਕ੍ਰੀਨ ਜੋੜੀ ਨਜ਼ਰ ਆ ਰਹੀ ਹੈ ਜਿਨ੍ਹਾਂ ਨੂੰ ਅਸੀਂ ਆਲਰੇਡੀ ਕਈ ਪੰਜਾਬੀ ਸੁਪਰ ਹਿੱਟ ਫਿਲਮਾਂ ਦੇ ਵਿੱਚ ਵੇਖਿਆ ਸੀ ਤੇ ਇਹ ਫਿਲਮ ਦਰਸ਼ਕਾਂ ਦੇ ਵਾਸਤੇ ਸਿਨੇਮਾ ਘਰਾਂ ਦੇ ਵਿੱਚ ਵੀ ਰਿਲੀਜ਼ ਹੋਈ ਜਿੱਥੇ ਕਿ ਦਰਸ਼ਕਾਂ ਨੇ ਇਸ ਫਿਲਮ ਨੂੰ ਪਿਆਰ ਦਿੱਤਾ ਸੋ ਫਾਈਨਲੀ ਇਹ ਫਿਲਮ ਹੁਣ ਤੁਸੀਂ ਆਪਣੇ ਮੋਬਾਈਲ ਸਕਰੀਨਸ ਤੇ ਵੀ ਦੇਖ ਸਕਦੇ ਹੋ ਤੇ ਇਸ ਫਿਲਮ ਦੇ ਕ੍ਰੈਡਿਟਸ ਦੀ ਗੱਲ ਕੀਤੀ ਜਾਵੇ ਤੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਵਕੀਲ ਸਿੰਘ ਨੇ ਤੇ ਇਸ ਫਿਲਮ ਦੇ ਵਿੱਚ ਸਾਨੂੰ ਕੁਲਰਾਜ ਰੰਧਾਵਾ ਤੇ ਜਿੰਮੀ ਸ਼ੇਰਕਿਲ ਤੋਂ ਇਲਾਵਾ ਦਿਲਬਰ ਆਰਿਆ, ਮੈਡਮ ਅਨੀਤਾ ਦੇਵਗਨ, ਸੀਮਾ ਕੌਸ਼ਲ, ਮਲਕੀਤ ਰੋਣੀ ਤੇ ਦਰਸ਼ਨ ਆਲਖਵਰਗੇ ਕਈ ਸਾਰੇ ਆਰਟਿਸਟ ਨਜ਼ਰ ਆ ਰਹੇ ਨੇ ਇਸ ਫਿਲਮ ਦੇ ਜ਼ਰੀਏ ਸੱਜਨ ਆਦੀਬ ਨੇ ਵੀ ਪਾਲੀਵੁੱਡ ਇੰਡਸਟਰੀ ਦੇ ਵਿੱਚ ਐਜ਼ ਐਨ ਐਕਟਰ ਡੈਬਿਊ ਕੀਤਾ ਤੇ ਇਸ ਫਿਲਮ ਦੇ ਵਿੱਚ ਦਿਲਬਰ ਆਰਿਆ ਤੇ ਸੱਜਨ ਆਦੀਬ ਦੀ ਜੋੜੀ ਨਜ਼ਰ ਆਈ ਤੇ ਕੁਲਰਾਜ ਰੰਧਾਵਾ ਤੇ ਜਿੰਮੀ ਸ਼ੇਰ ਗਿਲਦੀ ਔਨ ਸਕਰੀਨ ਜੋੜੀ ਵੀ ਸਾਨੂੰ ਨਜ਼ਰ ਆਈ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਦਿਨੇਸ਼ ਆਰਿਆ ਜੈ ਆਰਿਆ ਰਾਮਪਾਲ ਸਿੰਘ ਗਰੇਵਾਲ ਤੇ ਸੰਦੀਪ ਟੋਕਰਸ ਤੇ ਹੈਰੀ ਪੰਨੂ ਦੇ ਵੱਲੋਂ ਇਹ ਫਿਲਮ 10 ਫਰਵਰੀ 2023 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਇਹ ਫਿਲਮ ਜਿੱਤੇ ਕਿ ਇੱਕ ਰੋਮਕਾਮ ਫਿਲਮ ਹੈ ਯਾਨੀ ਕਿ ਰੋਮਾਂਟਿਕ ਕਾਮੇਡੀ ਫਿਲਮ ਹੈ ਉੱਥੇ ਹੀ ਗੈਰੀ ਕੈਲੀ ਤੇ ਸੁਖੀ ਤਾਨੀਆਂ ਦੇ ਜਿਹੜਾ ਕਪਲ ਹੈ ਉਹ ਸਾਨੂੰ ਔਨ ਸਕਰੀਨ ਵੇਖਣ ਨੂੰ ਮਿਲਦਾ ਹੈ ਕਿ ਕਿਸ ਤਰੀਕੇ ਨਾਲ ਉਹਨੂੰ ਪਿਆਰ ਹੁੰਦਾ ਹੈ ਤੇ ਕਿਵੇਂ ਉਹਨਾਂ ਦਾ ਵਿਆਹ ਹੁੰਦਾ ਸੋ ਇਹ ਸਾਰੀ ਸਟੋਰੀ ਹੈ ਜਿਹੜੀ ਸਾਨੂੰ ਵੇਖਣ ਨੂੰ ਮਿਲਦੀ ਹੈ ਦੀ ਇੰਪੋਰਟੈਂਸ ਨੂੰ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਹੈ ਇਸ ਫਿਲਮ ਨੂੰ ਦਰਸ਼ਕਾਂ ਨੇ ਵੀ ਪਿਆਰ ਦਿੱਤਾ ਉੱਥੇ ਹੀ ਜਿਮੀ ਸ਼ੇਰ ਗਿੱਲ ਐਂਡ ਕੁਲਰਾਜ ਰੰਧਾਵਾ ਦੀ ਔਨ ਸਕ੍ਰੀਨ ਜੋੜੀ ਦੀ ਗੱਲ ਕਰੀਏ ਤੇ ਇਹਨਾਂ ਨੇ ਆਲਰੇਡੀ ਪੰਜਾਬੀ ਇੰਡਸਟਰੀ ਦੇ ਵਿੱਚ 13 ਮੇਰਾ ਕੀ ਰਿਸ਼ਤਾ ਵਰਗੀਆਂ ਫਿਲਮਾਂ ਦਿੱਤੀਆਂ ਨੇ ਸੋ ਦੱਸਦੀ ਹੈ ਕਿ ਇਸ ਜੋੜੀ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਤੇ 2006 ਦੇ ਵਿੱਚ ਸੁਪਰ ਹਿੱਟ ਜੋੜੀ ਮੰਨਤ ਦੇ ਵਿੱਚ ਨਜ਼ਰ ਆਈ ਸੀ ਮੰਨਤ ਫਿਲਮ ਨੂੰ ਵੀ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਜਿਸ ਤੋਂ ਬਾਅਦ 2009 ਦੇ ਵਿੱਚ ਇਹ ਜੋੜੀ ਸਾਨੂੰ 13 ਮੇਰਾ ਕੀ ਇਸ ਫਿਲਮ ਦੇ ਵਿੱਚ ਨਜ਼ਰ ਆਈ ਤੇ ਕਰੀਬ 13-14 ਸਾਲ ਤੋਂ ਬਾਅਦ ਇਹ ਫਿਲਮ 2023 ਦੇ ਵਿੱਚ ਰਿਲੀਜ਼ ਹੋਈ ਤੇ ਸਾਨੂੰ ਕੁਲ ਰਾਜ ਰੰਦਾਵਾ ਤੇ ਜਿਮੀ ਸ਼ੇਰ ਗਿੱਲ ਦੀ ਜੋੜੀ ਤੋਂ ਹੋਵੇ ਮੈਂ ਹੋਆਂ ਵਿੱਚ ਦੇਖਣ ਨੂੰ ਮਿਲੀ ਸੀ ਸੋ ਫਾਈਨਲੀ ਇਹ ਫਿਲਮ ਚਪਾਲ ਤੇ ਆ ਚੁੱਕੀ ਹੈ ਤੁਹਾਡਾ ਕੀ ਕਹਿਣਾ ਜੇਕਰ ਆਲਰੇਡੀ ਫਿਲਮ ਦੇਖੀ ਹੈ ਤੇ ਰਿਵਿਊ ਦੱਸ ਦਿਓ ਕਿ ਕੀ ਨੇ ਇਸ ਫਿਲਮ ਬਾਰੇ ਜੇਕਰ ਹਾਲੇ ਤੱਕ ਫਿਲਮ ਨਹੀਂ ਦੇਖੀ ਤੇ ਚਪਾਲ ਤੇ ਜਾ ਕੇ ਦੇਖ ਸਕਦੇ ਹੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ ਤੇ ਪੋਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇ